ਐਕਸਪੈਕਟ ਸਾਹਿਬ ਨੂੰ ਮੁਖਬਰੀ ਹੋਈ ਸੀਗੀ ਕਿ ਇੱਕ ਸ਼ਿਵਮ ਬਾਲੀ ਇਲੀਅਸ ਗਿਗਨ ਨਾਮ ਦਾ ਵਿਅਕਤੀ ਹੈ ਜਿਹੜਾ ਘਾਟੀਮਾਲੇ ਦਾ ਰਹਿਣ ਵਾਲਾ ਹੈ, ਇਹ ਹੀਰੋਇਨ ਦੀ ਸਪਲਾਈ ਕਰਨ ਦਾ ਆਦੀ ਹੈਗਾ ਅਤੇ ਕਾਫੀ ਵੱਡੇ ਪੱਧਰ 'ਤੇ ਹੀਰੋਇਨ ਦੀ ਸਪਲਾਈ ਕਰਦਾ ਹੈਗਾ ਅਤੇ ਇਹ ਸਮਾਨ ਇੱਕ ਰੋਹਿਤ ਹੰਸ ਨਾਮ ਦਾ ਵਿਅਕਤੀ ਹੈ ਉਹਦੇ ਕੋਲੋਂ ਅਤੇ ਦਿੱਲੀਓਂ ਲਿਆ ਕੇ ਸਸਤੇ ਭਾਅ 'ਤੇ ਲਿਆ ਕੇ ਇੱਥੇ ਸਪਲਾਈ ਕਰਦਾ ਹੈਗਾ ਅਤੇ ਆਪ ਵੀ ਨਸ਼ਾ ਕਰਦਾ। ਹਾਂ, ਇਹ ਆਪ ਵੀ ਨਸ਼ਾ ਕਰਦਾ ਹੈਗਾ ਅਤੇ ਇਹ ਇੱਥੇ ਕਿਰਾਏ 'ਤੇ ਰਹਿ ਰਿਹਾ ਹੈਗਾ, ਮੇਹਰ ਸਿੰਘ ਕਲੋਨੀ ਹੈਗੀ ਹੈ ਉੱਥੇ ਰਹਿ ਰਿਹਾ ਹੈਗਾ ਅਤੇ ਇਹਦੇ ਕੋਲ ਇਹਨੇ ਡਰੱਗਸ ਦੀ ਸਪਲਾਈ ਵਾਸਤੇ ਇੱਕ i20 ਕਾਰ ਅਤੇ ਇੱਕ ਐਕਟਿਵਾ ਸਕੂਟਰ ਵੀ ਰੱਖਿਆ ਹੋਇਆ ਹੈਗਾ ਅਤੇ ਅੱਜ ਵੀ ਜਿਹੜਾ ਹੈਗਾ ਇਹਨੇ ਸਪਲਾਈ ਦੇਣ ਵਾਸਤੇ ਜਾਣਾ ਹੈਗਾ ਅਤੇ ਇਨਫੋਰਮੇਸ਼ਨ ਦੇ ਆਧਾਰ 'ਤੇ ਇਹਨਾਂ ਵੱਲੋਂ ਜਿਹੜਾ ਹੈਗਾ ਮੁਕੱਦਮਾ ਦਰਜ ਕਰਵਾ ਕੇ ਅਤੇ ਪੁਲਿਸ ਪਾਰਟੀ ਦੇ ਨਾਲ ਉੱਥੇ ਜਾ ਕੇ ਨਾਕਾਬੰਦੀ ਕੀਤੀ ਅਤੇ ਇਹ ਸ਼ਿਵਮ ਬਾਲੀ ਨੂੰ ਜਦੋਂ ਇਹ ਆਪਣੇ ਘਰੋਂ ਨਿਕਲ ਕੇ ਅਤੇ ਗੱਡੀ 'ਚ ਬੈਠ ਕੇ ਜਾਣ ਲੱਗਾ ਸੀਗਾ ਅਤੇ ਇਹਨੂੰ ਕਾਬੂ ਕੀਤਾ ਹੈਗਾ ਅਤੇ ਕਾਬੂ ਕਰਨ ਤੋਂ ਬਾਅਦ ਮੈਨੂੰ ਇਹਦੇ ਬਾਰੇ ਦੱਸਿਆ ਗਿਆ ਅਤੇ ਮੈਂ ਵੀ ਉੱਥੇ ਮੌਕੇ 'ਤੇ ਪਹੁੰਚ ਗਿਆ ਅਤੇ ਉੱਥੇ ਮੇਰੀ ਮੌਜੂਦਗੀ ਦੇ ਵਿੱਚ ਇਹਦੇ ਕਾਰ ਦੇ ਵਿੱਚੋਂ ਇਹਦੀ ਜਿਹੜੀ ਡਰਾਈਵਿੰਗ ਸੀਟ ਹੈ, ਸੀਟ ਦੀ ਜਿਹੜੀ ਕਵਰ ਹੈ, ਕਵਰ ਦੇ ਪਿੱਛੇ ਜਿਹੜੀ ਪੋਕਿਟ ਹੁੰਦੀ ਹੈ, ਪੋਕਿਟ ਦੇ ਵਿੱਚੋਂ ਇਹਦੀ ਜਿਹੜੀ ਹੀਰੋਇਨ ਸਾਨੂੰ ਬਰਾਮਦ ਹੋਈ ਹੈ ਜਿਹੜੀ ਕਿ ਵਜ਼ਨ ਕਰਨ 'ਤੇ 1 ਕਿਲੋ 440 ਗ੍ਰਾਮ ਹੀਰੋਇਨ ਮਿਲੀ ਹੈ ਅਤੇ ਡੈਸ਼ਬੋਰਡ ਦੇ ਵਿੱਚ ਇਹਦੀ ਜਿਹੜੀ ਉਹ ਹੀਰੋਇਨ ਦੀ ਸਪਲਾਈ ਕਰਕੇ ਪੈਸੇ ਜੋ ਇਹਦੀ ਵਟਤ ਹੁੰਦੀ ਹੈਗੀ ਆ ਉਹ ਡਰੱਗ ਮਨੀ ਜਿਹੜੀ ਹੈਗੀ ਆ ਉਹ 35,000 ਰੁਪਈਆ ਇਹਦੇ ਵਿੱਚ ਸਾਨੂੰ ਉੱਥੋਂ ਬਰਾਮਦ ਹੋਇਆ। ਪਹਿਲਾਂ ਵੀ ਕੋਈ ਇਹਦੇ ਖਿਲਾਫ 3 ਮੁਕੱਦਮੇ ਪਹਿਲਾਂ ਵੀ ਦਰਜ ਹੈ ਐਂਡ ਇਹ ਜਿਹੜਾ ਹੈਗਾ ਜਨਵਰੀ ਮਹੀਨੇ ਦੇ ਵਿੱਚ ਹੀ ਇਸੇ ਸਾਲ ਹੀ ਇਹ ਬੇਲ ਆਊਟ ਹੋਇਆ, ਜਮਾਨਤ ਹੈ।